ਇਹ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਸਾਨੂੰ ਨਾ ਚਾਹੁੰਦਿਆਂ ਹੋਇਆਂ ਵੀ ਅਜਿਹੇ ਕੰਮ ਕਰਨੇ ਪੈਂਦੇ ਹਨ ਜੋ ਦੁਨੀਆਂ ਦੀ ਨਜ਼ਰ ਵਿੱਚ ਅਤੇ ਸਾਡੀ ਆਪਣੀ ਨਜ਼ਰ ਵਿੱਚ ਬਹੁਤ ਹੀ ਜ਼ਿਆਦਾ ਅਜੀਬ ਹੁੰਦੇ ਹਨ ਪਰ ਫਿਰ ਵੀ ਜ਼ਿੰਦਗੀ ਦੇ ਹਾਲਾਤਾਂ ਤੋਂ ਮਜਬੂਰ ਹੋਇਆ ਵਿਅਕਤੀ ਉਸ ਨੂੰ ਅਪਣਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰ ਸਕਦਾ ਸਾਡੀ ਅੱਜ ਦੀ ਵੀਡੀਓ ਇੱਕ ਅਜਹੀ ਹੀ ਸੱਚੀ ਅਤੇ ਅਨੋਖੀ ਘਟਨਾ ਉੱਤੇ ਆਧਾਰਿਤ ਹੈ ਇਸ ਘਟਨਾ ਦੀ ਪੂਰੀ ਸੱਚਾਈ ਨੂੰ ਜਾਣਨ ਦੇ ਲਈ ਸਾਡੇ ਇਸ ਵੀਡੀਓ ਦੇ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਦਰਅਸਲ ਜ਼ਿਲ੍ਹਾ ਮਾਨਸੇ ਦੇ ਵਿੱਚ ਇੱਕ ਪਿੰਡ ਹੈ ਜਿਸ ਪਿੰਡ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਦਾ ਮੁਖੀ ਉਸ ਦੀ ਪਤਨੀ ਅਤੇ ਉਸ ਦਾ ਇੱਕ ਬੇਟਾ ਸੀ ਜੋ ਸਿਦਰਾ ਸੀ ਅਤੇ ਉਹਨਾਂ ਕੋਲ ਉਹਨਾਂ ਦੀ ਸਿਰਫ ਉਹੀ ਇੱਕ ਔਲਾਦ ਸੀ ਜਿਸ ਦੇ ਸਿਰ ਤੇ ਉਹ ਦੋਵੇਂ ਜੀ ਆਪਣੀ ਜ਼ਿੰਦਗੀ ਕੱਟਦੇ ਸਨ ਪਰ ਇੱਕ ਵਾਰ ਅਚਾਨਕ ਉਸ ਲੜਕੇ ਦੀ ਮਾਂ ਜਾਣੇ ਕਿ ਉਸ ਆਦਮੀ ਦੀ ਪਤਨੀ ਬਿਮਾਰ ਰਹਿਣ ਲੱਗ ਪਈ ਅਤੇ 2-3 ਮਹੀਨੇ ਬਿਮਾਰ ਹੋਣ ਤੋਂ ਬਾਅਦ ਉਹ ਇੰਨੀ ਜ਼ਿਆਦਾ ਬਿਮਾਰ ਹੋ ਗਈ ਕਿ ਇੱਕ ਦਿਨ ਉਹ ਇਸ ਦੁਨੀਆ ਨੂੰ ਛੱਡ ਕੇ ਹਮੇਸ਼ਾ ਦੇ ਲਈ ਚਲੀ ਗਈ ਜਿਸ ਦੇ ਜਾਣ ਤੋਂ ਬਾਅਦ ਉਸ ਦਾ ਬੇਟਾ ਬਹੁਤ ਜ਼ਿਆਦਾ ਰੋਂਦਾ ਸੀ ਅਤੇ ਉਸ ਆਦਮੀ ਨੂੰ ਵੀ ਬਹੁਤ ਹੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਉਸ ਨੂੰ ਆਪਣੇ ਘਰ ਦੀ ਪੂਰੀ ਵਾਗਡੋਰ ਆਪਣੇ ਹੱਥੀਂ ਸੰਭਣੀ ਪੈ ਰਹੀ ਸੀ ਇੱਥੋਂ ਤੱਕ ਕਿ ਉਸ ਨੂੰ ਰੋਟੀ ਪਕਾ ਕੇ ਆਪਣੇ ਬੇਟੇ ਨੂੰ ਅਤੇ ਉਹ ਖੁਦ ਖਾਂਦਾ ਸੀ ਅਜਿਹੇ ਹਾਲਾਤਾਂ ਦੇ ਚੱਲਦਿਆਂ ਉਹ ਦੋਵੇਂ ਬਹੁਤ ਹੀ ਜ਼ਿਆਦਾ ਮਜਬੂਰ ਅਤੇ ਦੁਖੀ ਹੋ ਚੁੱਕੇ ਸਨ ਇੱਕ ਵਾਰ ਉਸ ਆਦਮੀ ਨੇ ਫੈਸਲਾ ਕੀਤਾ ਕਿ ਉਹ ਜੂਪੀ ਜਾਵੇ ਅਤੇ ਉੱਥੋਂ ਇੱਕ ਔਰਤ ਨੂੰ ਲੈ ਕੇ ਆਵੇ ਜੋ ਉਹਨਾਂ ਦੇ ਲਈ ਰੋਟੀ ਬਣਾ ਸਕੇ ਉਸਨੇ ਉਸੇ ਤਰ੍ਹਾਂ ਹੀ ਕੀਤਾ ਉਹ ਇੱਕ ਦਿਨ ਜੂਪੀ ਗਿਆ ਤੇ ਉੱਥੋਂ ਇੱਕ ਔਰਤ ਨੂੰ ਲੈ ਕੇ ਆਇਆ ਉਸਨੇ ਉਸਦੇ ਨਾਲ ਵਿਆਹ ਨਹੀਂ ਕਰਵਾਇਆ ਪਰ ਫਿਰ ਵੀ ਉਸਨੂੰ ਆਪਣੀ ਘਰਵਾਲੀ ਬਣਾ ਕੇ ਰੱਖਿਆ ਅਤੇ ਉਹ ਔਰਤ ਉਹਨਾਂ ਦੋਵਾਂ ਦੇ ਲਈ ਰੋਟੀ ਪਕਾਉਂਦੀ ਸੀ ਅਤੇ ਘਰ ਦਾ ਸਾਰਾ ਕੰਮ ਕਰਦੀ ਸੀ ਉਸੇ ਤਰ੍ਹਾਂ ਹੀ ਅਚਾਨਕ 2-3 ਦਿਨ ਬਾਅਦ ਉਸ ਆਦਮੀ ਦੀ ਸਿਹਤ ਵੀ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ ਅਤੇ ਉਹ ਵੀ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਕਿ ਉਹ ਵੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੁਣ ਉਹ ਬੇਟਾ ਹੋਰ ਵੀ ਜ਼ਿਆਦਾ ਦੁਖੀ ਹੋ ਚੁੱਕਾ ਸੀ ਅਤੇ ਦਿਮਾਗ ਸਹੀ ਨਾ ਹੋਣ ਦੇ ਕਰਕੇ ਉਸ ਨੂੰ ਬਹੁਤ ਹੀ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪਹਿਲਾਂ ਤਾਂ ਉਸ ਦੇ ਮਾਂ ਅਤੇ ਬਾਪ ਦੋਵੇਂ ਉਸ ਨੂੰ ਮਿਲ ਕੇ ਸੰਭਾਲ ਲੈਂਦੇ ਸਨ ਅਤੇ ਮਾਂ ਦੇ ਗੁਜ਼ਰ ਜਾਣ ਤੋਂ ਬਾਅਦ ਉਸ ਦਾ ਬਾਪ ਉਸ ਨੂੰ ਸੰਭਾਲਦਾ ਸੀ ਪਰ ਹੁਣ ਉਹ ਵਿਚਾਰਾ ਇਕੱਲਾ ਲਾਚਾਰ ਹੋ ਚੁੱਕਾ ਸੀ ਅਤੇ ਉਸ ਔਰਤ ਨੂੰ ਵੀ ਉਸ ਦੀ ਬਹੁਤੀ ਸਮਝ ਨਹੀਂ ਸੀ ਹੁੰਦੀ ਕਿ ਉਹ ਕੀ ਚਾਹੁੰਦਾ ਹੈ ਅਤੇ ਉਸ ਨੂੰ ਕੀ ਚਾਹੀਦਾ ਹੈ ਜੇ ਉਹ ਉਸ ਕੋਲੋਂ ਰੋਟੀ ਪਾਣੀ ਜਾਂ ਕੁਝ ਵੀ ਮੰਗਦਾ ਸੀ ਤਾਂ ਉਸ ਨੂੰ ਜਲਦੀ ਸਮਝ ਵਿੱਚ ਨਹੀਂ ਸੀ ਹੁੰਦਾ ਪਰ ਫਿਰ ਵੀ ਹੌਲੀ-ਹੌਲੀ ਉਹ ਸਮਝਣ ਲੱਗ ਪਈ ਕਿ ਕਦੋਂ ਇਸ ਨੂੰ ਰੋਟੀ ਚਾਹੀਦੀ ਹੈ ਤੇ ਕਦੋਂ ਬਾਕੀ ਜ਼ਰੂਰਤ ਦੀਆਂ ਚੀਜ਼ਾਂ ਉਸ ਲੜਕੇ ਦੀ ਉਮਰ 19 ਸਾਲ ਦੀ ਸੀ ਅਤੇ ਜੋ ਲੜਕੀ ਉਸਦੇ ਬਾਪ ਨੇ ਲੈ ਕੇ ਆਂਦੀ ਸੀ ਉਸ ਦੀ ਉਮਰ 19 ਸਾਲ ਦੀ ਸੀ ਦੋਵਾਂ ਦੀ ਉਮਰ ਇੱਕੋ ਜਿਹੀ ਹੋਣ ਕਰਕੇ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਕਿ ਕਿਉਂ ਨਾ ਅਸੀਂ ਦੋਵਾਂ ਦਾ ਵਿਆਹ ਕਰ ਦਈਏ ਤਾਂ ਜੋ ਇਹ ਲੜਕੀ ਬਾਅਦ ਵਿੱਚ ਇਸ ਲੜਕੇ ਦੀ ਪੂਰੀ ਵਾਗਡੋਰ ਨੂੰ ਸੰਭਾਲ ਸਕੇ ਕਿਉਂਕਿ ਇਸ ਲੜਕੇ ਦਾ ਵਿਆਹ ਹੋਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਅਤੇ ਉਹ ਲੜਕੀ ਵੀ ਮਜਬੂਰ ਹੈ ਅਤੇ ਗਰੀਬ ਹੈ ਜਿਸ ਨੂੰ ਹੋ ਸਕਦਾ ਹੈ ਕਿ ਵਿਆਹ ਦੇ ਲਈ ਇੱਕ ਅਜਿਹੇ ਹੀ ਲੜਕੇ ਦੀ ਜ਼ਰੂਰਤ ਹੋਵੇ ਜਦੋਂ ਪੰਚਾਇਤ ਨੇ ਉਸ ਲੜਕੀ ਦੇ ਨਾਲ ਗੱਲ ਕੀਤੀ ਤਾਂ ਉਹ ਉਸੇ ਟਾਈਮ ਹੀ ਮੰਨ ਗਈ ਅਤੇ ਬਾਅਦ ਵਿੱਚ ਪੂਰੇ ਪਿੰਡ ਦੀ ਸਹਿਮਤੀ ਦੇ ਨਾਲ ਉਹਨਾਂ ਦੋਵਾਂ ਦਾ ਵਿਆਹ ਕਰਵਾ ਦਿੱਤਾ ਅਤੇ ਉਹ ਲੜਕਾ ਆਪਣੀ ਅੱਗੇ ਦੀ ਜ਼ਿੰਦਗੀ ਉਸ ਲੜਕੀ ਦੇ ਨਾਲ ਹੀ گزارਦਾ ਰਿਹਾ ਅਤੇ ਖੁਸ਼ੀ-ਖੁਸ਼ੀ ਦੋਵੇਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਾਰੇ ਪੜਾਵਾਂ ਨੂੰ ਪਾਰ ਕਰਦੇ ਰਹੇ ਅਤੇ ਹੌਲੀ-ਹੌਲੀ ਉਸ ਲੜਕੀ ਦੇ ਵਿੱਚ ਉਹ ਇੰਨਾ ਜ਼ਿਆਦਾ ਰੁੱਝ ਗਿਆ ਕਿ ਉਸਨੇ ਆਪਣੀ ਮਾਂ ਅਤੇ ਬਾਪ ਦੀ ਮੌਤ ਦਾ ਗਮ ਵੀ ਭੁਲਾ ਦਿੱਤਾ ਅਤੇ ਅੱਜ ਉਹ ਦੋਵੇਂ ਬਿਲਕੁਲ ਖੁਸ਼ ਹਨ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ